ਡਰੱਗ ਸਮਗਲਰਸ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਸਟੇਟ ਪੱਧਰ ਆਪਰੇਸ਼ਨ ਹੈਗਾ। ਇਸ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈਗੀ ਕਿ ਅਸੀਂ ਕ੍ਰਾਈਮ ਡੇਟਾ ਪਹਿਲੇ ਐਨਾਲਾਈਜ਼ ਕੀਤਾ ਹੈ। ਕ੍ਰਾਈਮ ਡੇਟਾ ਕਢਾ ਕੇ ਅਸੀਂ ਹੌਟ ਸਪੋਟਸ ਹਰ ਡਿਸਟ੍ਰਿਕਟ ਦੇ ਵਿੱਚ ਹੌਟ ਸਪੋਟਸ ਆਈਡੈਂਟੀਫਾਈ ਕੀਤੇ ਹੈਗੇ ਜਿੱਥੇ ਕ੍ਰਿਮੀਨਲਸ ਦਾ ਜ਼ਿਆਦਾ ਜਿਹੜਾ ਇੰਪੈਕਟ ਹੁੰਦਾ ਹੈ। ਆਈਡੀਆ ਇਜ਼ ਕਿ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈਗੀ, ਮੂਵਮੈਂਟ ਹੈਗੀ, ਉਹ ਵਿਜ਼ੀਬਲ ਹੋਵੇ, ਇੱਕ ਇੰਪੈਕਟ ਹੋਵੇ ਲੋਕਾਂ ਦੇ ਵਿੱਚ, ਪਬਲਿਕ ਕੌਨਫੀਡੈਂਸ ਵਧਾਇਆ ਜਾਵੇ। ਇਸ ਦੇ ਨਾਲ ਜਿਹੜਾ ਹੈਗਾ, ਲੈਟ ਮੀ ਕੰਪਲੀਟ, ਕੰਪਲੀਟ ਫਸਟ, ਇਸ ਦੇ ਨਾਲ ਦੀ ਨਾਲ ਅਸੀਂ ਇੱਕ ਸਪੈਸ਼ਲ ਮੁਹਿੰਮ ਚਲਾ ਰਹੇ ਹੈਗੇ। ਜਿਹੜੇ ਤੁਸੀਂ ਪੜ੍ਹਿਆ ਹੋਣਾ, ਚੀਫ ਮਿਨਿਸਟਰ ਸਾਹਿਬ ਦੇ ਆਰਡਰਸ ਆਏ ਹੈਗੇ, ਇਹ ਗੌਰਮੈਂਟ, ਪੰਜਾਬ ਗੌਰਮੈਂਟ ਦਾ ਫੈਸਲਾ ਹੋਇਆ ਹੈ ਕਿ ਅਮਨ ਅਤੇ ਸ਼ਾਂਤੀ ਨੂੰ ਬਣਾਏ ਰੱਖਣ ਲਈ ਅਸੀਂ ਇੱਕ ਵੱਡੇ ਪੱਧਰ ਦੀ ਆਰਮਸ ਲਾਈਸੈਂਸ ਵੈਰੀਫਿਕੇਸ਼ਨ ਡਰਾਈਵ ਸ਼ੁਰੂ ਕਰ ਰਹੇ ਹੈਗੇ ਇਨ ਕੋਆਰਡੀਨੇਸ਼ਨ ਵਿਦ ਡਿਸਟ੍ਰਿਕਟ ਮੈਜਿਸਟਰੇਟਸ ਐਂਡ ਡਿਪਟੀ ਕਮਿਸ਼ਨਰਸ, ਕਿ ਜਿਹੜੇ ਵੀ ਪੂਰੇ ਸੂਬੇ ਦੇ ਵਿੱਚ ਜਿੰਨੇ ਆਰਮਸ ਲਾਈਸੈਂਸ ਇਸ਼ੂ ਹੋਏ ਹੈਗੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਊਗੀ। ਅਗਲੇ 3 ਮਹੀਨੇ ਤੱਕ ਕੋਈ ਵੀ ਨਵੇਂ ਆਰਮਸ ਲਾਈਸੈਂਸ ਨਹੀਂ ਇਸ਼ੂ ਕੀਤੇ ਜਾਣਗੇ। ਜਿਹੜੇ ਲਾਈਸੈਂਸ ਇਸ਼ੂ ਹੋਏ ਹੈਗੇ ਐਕਚੁਅਲੀ, ਕਿਉਂਕਿ ਸ਼ਿਕਾਇਤਾਂ ਆ ਰਹੀਆਂ ਕਿ ਫੇਕ ਐਡਰੈਸਸ 'ਤੇ ਬਣੇ ਹੈਗੇ, ਅਤੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਆਰਮਸ ਲਾਈਸੈਂਸਿਸ ਦੀ, ਅਤੇ ਇਹ ਵੀ ਦੇਖਿਆ ਜਾਊਗਾ ਕਿ ਜਿੱਥੇ ਥ੍ਰੈਟ ਪਰਸੈਪਸ਼ਨ ਹੈ, ਜਿਨ੍ਹਾਂ ਨੂੰ ਅਸਲੇ ਦੀ ਲੋੜ ਹੈ, ਜਿੱਥੇ ਲੋੜ ਪਏਗੀ ਅਸੀਂ ਆਰਮਸ ਲਾਈਸੈਂਸਿਸ ਕੈਂਸਲ ਕਰਾਂਗੇ। ਪਬਲਿਕ ਕੈਰੀਇੰਗ ਆਫ ਵੈਪਨਸ, ਪਬਲਿਕ ਡਿਸਪਲੇ ਆਫ ਵੈਪਨਸ, ਵੈਦਰ ਇਨ ਸੋਸ਼ਲ ਮੀਡੀਆ ਔਰ ਫਿਜ਼ੀਕਲੀ, ਹੈਜ਼ ਬੀਨ ਬੈਂਡ। ਇਸ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਊਗਾ, ਸਾਡੀ ਇਹ ਡਰਾਈਵ ਅੱਗੇ ਚੱਲੂਗੀ। ਹੇਟ ਕ੍ਰਾਈਮ ਦੇ ਅਗੇਂਸਟ, ਕਿਸੇ ਵੀ ਕਮਿਊਨਿਟੀ ਦੇ ਅਗੇਂਸਟ ਕੋਈ ਸਪੈਸੀਫਿਕ ਗੱਲ ਜੇ ਕਹੀ ਜਾਊਗੀ, ਉਸ ਤੇ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਊਗਾ। ਸਰ, ਸੋਸ਼ਲ ਮੀਡੀਆ ਤੇ ਲਗਾਤਾਰ ਫੋਟੋ ਵਾਇਰਲ ਹੋ ਰਹੇ ਨੇ ਕਿ ਜਿਹੜੇ ਬੈਂਡ ਕਰਾਏਗੇ 11 ਵਜੇ, ਉਸ ਤੇ ਅਪਰੋਪਰੀਏਟ ਬੈਂਡ ਕਰਾਏਗੇ ਜਾਂ ਕੀ ਕੁਝ ਰਹੇਗਾ। ਦੇਖੋ ਜੀ, ਇਹਦੇ ਚ ਲੀਗਲ ਐਕਸ਼ਨ ਹੈਗਾ ਕਿ ਜਿਹੜੇ ਵੀ ਜਿਸ ਤੋਂ ਇੱਕ ਪਬਲਿਕ ਡਿਸਪਲੇ ਆਫ ਵੈਪਨਸ ਹੁੰਦਾ ਹੈ, ਪਬਲਿਕ ਡਿਸਪਲੇ ਆਫ ਆਰਮਸ ਹੁੰਦਾ ਹੈ, ਜਿੱਥੇ ਉਸ ਨੂੰ ਬੈਨ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਲੀਗਲ ਕਾਰਵਾਈ। ਸਰ, ਇਹ ਤਾਂ ਗੱਲ ਠੀਕ ਹੈ, ਜਿਹੜੇ ਵੈਪਨਸ ਉੱਤਰ ਪ੍ਰਦੇਸ਼ ਤੋਂ, ਬਿਹਾਰ ਤੋਂ ਪੰਜਾਬ ਵਿੱਚ ਆ ਰਹੇ, ਇੱਕ ਮਿੰਟ, ਜਿਹੜੇ ਆਮ ਤੌਰ ਤੇ ਦੇਖਿਆ ਗਿਆ ਵੀ ਜਿਹੜੇ ਵੀ ਕ੍ਰਿਮੀਨਲਸ ਫੜੇ ਜਾਂਦੇ ਨੇ ਉਹਨਾਂ ਕੋਲੋਂ ਦੇਸੀ ਕੱਟਾ ਜਾਂ ਕੋਈ ਇਦਾਂ ਦੇ ਵੈਪਨ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ, ਪਿੱਛੇ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਆਪਰੇਸ਼ਨ ਕੀਤਾ ਸੀ, 80 ਇਲੀਗਲ ਵੈਪਨ। ਦੇਖੋ, ਬੜੀ ਸਪਸ਼ਟ ਗੱਲ ਹੈ, ਜਿਹੜਾ ਵੈਪਨ ਕ੍ਰਾਈਮ 'ਚ ਯੂਜ਼ ਹੋ ਰਿਹਾ ਜਾਂ ਲੀਗਲ ਹੈ ਜਾਂ ਇਲੀਗਲ ਹੈ। ਤਕਰੀਬਨ ਅਸੀਂ ਦੇਖਿਆ 60% ਜਿਹੜਾ ਡੇਟਾ ਹੈਗਾ, 60% ਕ੍ਰਾਈਮਸ ਦੇ ਵਿੱਚ ਲਾਈਸੈਂਸਡ ਆਰਮਸ ਯੂਜ਼ ਹੁੰਦੇ ਆ, ਇਲੀਗਲ ਆਰਮਸ ਵੀ ਯੂਜ਼ ਹੁੰਦੇ ਆ। ਇਸ ਤੋਂ ਇਲਾਵਾ ਅਸੀਂ ਦੇਖਿਆ ਕਾਫੀ, ਅਸੀਂ ਗਨ ਹਾਊਸਿਸ ਦੀ ਐਕਸਟੈਂਸਿਵ ਚੈਕਿੰਗ ਕਰਾਂਗੇ, ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਐਮੂਨੀਸ਼ਨ ਹੈਗਾ ਉਹ ਡਾਈਵਰਟ ਹੁੰਦਾ ਹੈ, ਜਿਹੜਾ ਲਿਸਿਟ ਐਮੂਨੀਸ਼ਨ ਹੈ। ਸਰ, ਇਹਦੇ ਨਾਲ ਹੀ ਕੁਐਸਚਨ ਆ ਵੀ ਉਹਨੂੰ ਤੁਸੀਂ ਰੋਕਣ ਲਈ ਕੀ ਕਰੋਗੇ, ਜਿਹੜਾ ਬਾਹਰ, ਜਿਹੜਾ ਉੱਤਰ ਪ੍ਰਦੇਸ਼ ਤੋਂ ਆ ਰਿਹਾ, ਜਿਹੜੇ ਗਨ ਹਾਊਸਿਸ ਨੇ, ਅਸੀਂ ਸਾਰੀ ਗਨ ਹਾਊਸਿਸ ਨੇ ਉਹ ਤੋਂ ਲੈ ਕੇ, ਮਤਲਬ ਕਿ ਜਿਹੜੀਆਂ ਬੁਲੇਟਸ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਨਜਾਇਜ਼ ਤੌਰ 'ਤੇ ਦੇ ਰਹੇ ਆ, ਮਤਲਬ ਕਿ ਤਾਂ ਹੀ ਇੰਨੀਆਂ ਬੁਲੇਟਸ ਉੱਥੋਂ ਨਹੀਂ ਆ ਸਕਦੀਆਂ, ਇੱਥੋਂ ਪ੍ਰੋਵਾਈਡ ਕਰਾਂਗੇ। ਅਸੀਂ ਤਾਂ ਮੈਂ ਕਹਿ ਰਿਹਾ ਜੀ, ਅਸੀਂ ਤਾਂ ਮੈਂ ਕਹਿ ਰਿਹਾ ਕਿ ਅਸੀਂ ਗਨ ਹਾਊਸਿਸ ਦੀ ਚੈਕਿੰਗ ਕਰਾਂਗੇ, ਅਸੀਂ ਉਹਨਾਂ ਦਾ ਸਟਾਕ ਚੈੱਕ ਕਰਾਂਗੇ, ਜਿੱਥੋਂ ਸਟਾਕ ਆਇਆ ਅੱਗੇ ਕਿੱਥੇ ਸੇਲ ਹੋਇਆ ਹੈ, ਜੇ ਕਿਸੇ ਦਾ ਫਰਜ਼ੀ ਸੇਲ ਹੈਗਾ ਉਸ ਨੂੰ ਨੈਪ ਕਰਾਂਗੇ। ਆਈਡੀਆ ਇਹ ਹੈਗਾ, ਜਿਵੇਂ ਤੁਸੀਂ ਬਿਲਕੁਲ ਗੱਲ ਠੀਕ ਕਹੀ ਕਿ ਵੈਪਨ ਭਾਵੇਂ ਇਲੀਗਲ ਹੋਵੇ ਲੀਗਲ ਹੋਵੇ, ਐਮੂਨੀਸ਼ਨ ਜਿਹੜਾ ਹੈਗਾ ਮੋਸਟਲੀ ਲੀਗਲ ਐਮੂਨੀਸ਼ਨ ਯੂਜ਼ ਹੋ ਰਿਹਾ, ਕਿਉਂਕਿ ਇੰਨਾ ਜ਼ਿਆਦਾ ਇਲੀਗਲ ਐਮੂਨੀਸ਼ਨ ਮੈਨੂਫੈਕਚਰ ਨਹੀਂ ਹੋ ਰਿਹਾ। ਸਰ, ਤੁਸੀਂ ਕਹਿ ਰਹੇ ਸੀਗੇ ਕਿ ਹੇਟ ਸਪੀਸੀਸ ਨੇ ਜਿਹੜੀਆਂ ਉਹਨੂੰ ਅਸੀਂ ਬੈਨ ਕਰ ਰਿਹਾ। ਸਰ, ਅੰਮ੍ਰਿਤਪਾਲ ਲਗਾਤਾਰ ਹੀ ਹੇਟ ਸਪੀਚਿਸ ਕਰ ਰਿਹਾ, ਉਹਦੇ 'ਤੇ ਕੋਈ ਐਕਸ਼ਨ ਕਰ ਰਹੀ ਹੈ ਪੰਜਾਬ? ਦੇਖੋ ਜੀ, ਜੋ ਵੀ ਸ਼ਖਸ ਹੇਟ ਸਪੀਚ ਕਰੂਗਾ, ਅਸੀਂ ਦੇਖੋ, ਅਸੀਂ ਇਹ ਇੱਕ ਬੈਲੈਂਸ ਹੈਗਾ ਡੈਮੋਕ੍ਰੇਸੀ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ, ਅਤੇ ਨਾਲ ਜਿਹੜੀ ਹੇਟ ਸਪੀਚ ਦੇ ਵਿੱਚ, ਜੋ ਵੀ ਸ਼ਖਸ ਹੇਟ ਸਪੀਚ ਕਰੂਗਾ ਉਸ ਦੇ ਖਿਲਾਫ ਐਸ ਪਰ ਲਾਅ ਕਾਰਵਾਈ ਕੀਤੀ। ਸਰ, ਪਿਛਲੇ ਕੁਝ ਦਿਨਾਂ ਤੋਂ ਦੇਖਣ ਲਈ ਆਇਆ ਕਿ ਜਿਹੜੇ ਗੈਂਗਸਟਰ ਹੈ ਇੱਥੇ ਵਾਰਦਾਤ ਕਰਦੇ ਨੇ, ਦਿੱਲੀ ਵਾਲੀ ਸਾਈਡ 'ਤੇ ਪਾ ਜਾਂਦੇ, ਦਿੱਲੀ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ। ਸਰ, ਉਸ ਬਾਰੇ ਪੰਜਾਬ ਪੁਲਿਸ ਕੁਝ ਕਰ ਰਹੀ ਹੈ, ਕੋਈ ਇੱਦਾਂ ਦੀ? ਦੇਖੋ, ਇੱਦਾਂ ਹੈਗਾ, ਫਸਟ ਆਫ ਆਲ ਕ੍ਰਾਈਮ ਜਿਹੜਾ ਹੈਗਾ ਸੀਮਲੈਸ ਹੈ, ਬਾਰਡਰਲੈਸ ਹੈ। ਕ੍ਰਾਈਮ ਜਿਹੜਾ ਕੋਈ ਬਾਰਡਰ 'ਤੇ ਕਨਫਾਈਨਡ ਨਹੀਂ ਹੈ। ਸਾਡਾ ਦਿੱਲੀ ਪੁਲਿਸ ਨਾਲ, ਹਰਿਆਣਾ ਪੁਲਿਸ ਨਾਲ ਸਾਡਾ ਚੰਗਾ ਕੋਆਰਡੀਨੇਸ਼ਨ ਹੈਗਾ, ਕਿਉਂਕਿ ਜਿਹੜਾ ਪੰਜਾਬ ਦਾ ਕ੍ਰਿਮੀਨਲ ਹੈਗਾ ਉਹ ਦਿੱਲੀ ਜਾ ਕੇ ਵੀ ਵਾਰਦਾਤ ਕਰਦਾ ਹੈ, ਦਿੱਲੀ ਦਾ ਕ੍ਰਿਮੀਨਲ ਇੱਥੇ ਆ ਕੇ ਵਾਰਦਾਤ ਕਰਦਾ ਹੈ। ਪੁਲਿਸ ਫੋਰਸ ਜਿਹੜੀ ਇੱਕ ਹੈਗੀ, ਸਾਰੀ ਸਟੇਟਾਂ ਦੀ ਪੁਲਿਸ ਫੋਰਸ ਹੈਗੀ।
ਅਸੀਂ ਗਾਣੇ ਨਹੀਂ ਬੈਨ ਕਰ ਸਕਦੇ। ਇਹਦਾ ਸਟੇਟ ਗਵਰਨਮੈਂਟ ਇੱਕ ਮੈਕੇਨਿਜ਼ਮ ਬਣਾਊਗੀ ਜੇ, ਕਿਉਂਕਿ ਇਹ ਸਾਰਾ ਕੁਝ ਪੁਲਿਸ ਦੇ ਅਖਤਿਆਰ ਦੇ ਵਿੱਚ ਨਹੀਂ ਹੈਗਾ, ਸਟੇਟ ਗਵਰਨਮੈਂਟ ਦਾ ਡਿਸੀਜਨ ਹੈ। ਇਹਨੂੰ ਐਗਜ਼ਾਮਿਨ ਕਰਕੇ ਜਿਹੜੇ ਗਾਣੇ ਜਿਹੜੇ ਵਾਇਲੇਟ ਕਰਦੇ ਗਾਈਡਲਾਈਨਸ ਨੂੰ, ਉਹਨਾਂ ਨੂੰ ਬੈਨ ਕੀਤਾ ਜਾਊਗਾ। ਇਹ ਸਾਰੇ ਦੋ ਕੇਸਿਸ ਦੇ ਵਿੱਚ ਹਜੇ ਨਹੀਂ ਇੱਥੇ ਬਰਾ। ਦੇਖੋ ਜੀ, ਇਹ ਤੇ ਮੈਂ ਤੇ ਤੁਹਾਨੂੰ ਸਟੇਟ ਪੱਧਰ ਆਪਰੇਸ਼ਨ ਬਾਰੇ ਦੱਸਿਆ ਕਿ ਅੱਜ ਅਸੀਂ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਇਹ ਹੋ ਰਿਹਾ। ਜਦੋਂ ਅਸੀਂ ਇੱਥੇ ਗੱਲ ਕਰ ਰਹੇ, ਪੂਰੇ ਪੰਜਾਬ ਦੇ ਵਿੱਚ ਇਹ ਕੋਡਨ ਸਰਚ ਆਪਰੇਸ਼ਨ ਹੋ ਰਿਹਾ ਹੈ। ਤੇ ਕਿਤੇ ਜਿਵੇਂ ਹੁਣ ਮੈਨੂੰ ਦੱਸਿਆ ਗਿਆ ਕਿ 6 ਗ੍ਰਾਮ ਹੀਰੋਇਨ ਦੀ 12 ਦੋ ਕੇਸਿਸ ਸਰ, ਕਹਿੰਦੇ ਦੋ ਕੇਸਿਸ ਚ ਦੱਸੋ ਸੀ 12 ਗ੍ਰਾਮ ਸਰ। ਤੋਂ 12 ਗ੍ਰਾਮ ਹੀਰੋਇਨ ਦੀ ਰਿਕਵਰੀ ਹੁਣੇ ਹੋ ਗਈ ਹੈ ਇੱਥੇ। ਤੋਂ ਇਹ ਤਾਂ ਸਿਰਫ ਮਿਸਾਲ ਹੈ। ਸਾਡਾ ਏਮ ਹੈ ਕਿ ਲੋਕਾਂ ਦੇ ਵਿੱਚ ਪਬਲਿਕ ਕੰਫੀਡੈਂਸ ਐਸਟੈਬਲਿਸ਼ ਕਰਨਾ ਹੈ। ਪੁਲਿਸ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ। ਠੀਕ ਹੈ ਸਰ, ਜਗ੍ਹਾ ਤੇ ਬੋਰਡ ਲੱਗੇ ਹੋਏ ਨੇ ਵੀ ਇੱਥੇ ਚਿੱਟਾ ਵਿਕਦਾ, ਚਿੱਟੀ ਕਲੋਨੀ ਹੈ, ਨੌ ਬੋਲੇ ਉੱਥੇ ਕਿਉਂ ਨਹੀਂ ਰੇਡ ਹੁੰਦੀ ਹੈਗੀ? ਔਰ ਕਈ ਵਾਰ ਪੁਲਿਸ ਨੂੰ ਕਹਿ ਕੇ ਸਰਪੰਚ ਪੰਚ ਤੱਕ ਰੁਕਨੇ, ਉੱਥੇ ਕਿਉਂ ਰੇਡ ਹੁੰਦੀ? ਨਹੀਂ ਨਹੀਂ, ਅਸੀਂ ਹਰ ਥਾਂ ਤੇ ਰੇਡ ਕਰਾਂਗੇ ਜਿਹੜੀ ਥਾਂ ਤੁਸੀਂ ਦੱਸੋਗੇ। ਕੋਈ ਵੀ ਪਬਲਿਕ ਮੇਰਾ ਓਪਨ ਇਨਵੀਟੇਸ਼ਨ ਹੈ ਸਾਰੀ ਕਲਾਸ, ਸਾਨੂੰ ਦੱਸੋ ਕਿੱਥੇ ਚਿੱਟਾ ਵਿਕ ਰਿਹਾ, ਅਸੀਂ ਰੇਡ ਕਰਾਂਗੇ। ਸਾਰੀ ਕਲਾਸ ਕੁਐਸਚਨ ਅੱਗੇ, ਪਹਿਲੇ ਡੀਜੀਪੀ ਸਾਹਿਬ ਨੇ ਇਹ ਆਰਡਰ ਕੀਤੇ ਸੀਗੇ ਵੀ ਜਿਹੜਾ ਵੀ ਥਾਣੇ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਜਾਂ ਕੋਈ ਹੋਰ ਏਜੰਸੀ ਫੜੇਗੀ, ਉਹਦੇ ਸੰਬੰਧਿਤ ਥਾਣੇ ਦੇ SHO ਜਾਂ ਕੰਸਰਨ ਅਫਸਰਾਂ ਖਿਲਾਫ਼ ਕਾਰਵਾਈ ਹੋਏਗੀ। ਸਰ ਇਹ ਜਿਹੜੀ ਮੁਹਿੰਮ ਸੀਗੀ ਚੱਲੂ ਹੈ ਕਿ ਬੰਦ ਕਰ? ਦੇਖੋ ਜੀ, ਇੱਦਾਂ ਹੈ ਕਿ ਅਸੀਂ, ਮੈਂ ਸਮਝਦਾ ਕਿ ਮਤਲਬ ਜੇ ਰਿਐਲਿਟੀ 'ਚ ਗੱਲ ਕਰੋ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਬਹੁਤ ਵੱਡੀ ਹੈ। ਇਹ ਸਾਰੀ ਪੁਲਿਸ ਨੂੰ ਇੱਕਜੁੱਟ ਹੋ ਕੇ ਰਹਿਦਰ, ਮੈਂ ਤਾਂ ਅਪੀਲ ਕਰਾਂਗਾ ਸੁਸਾਇਟੀ ਨੂੰ ਕਿ ਸਾਨੂੰ ਸੁਸਾਇਟੀ ਦੀ ਹੈਲਪ ਚਾਹੀਦੀ। ਇੱਕ ਬਹੁਤ ਅਸੀਂ ਜਿਹੜਾ ਹੈਗਾ ਨਸ਼ੇ 'ਤੇ ਕਾਬੂ ਕਰਾਂਗੇ ਅਤੇ ਸਾਡੀ ਸਾਰੀ ਯੂਨਿਟ ਹੈਗੀ ਆ। ਕਬੱਡੀ ਮੈਚ ਸ਼ੁਰੂ ਹੋਣ ਜਾ ਰਹੇ ਆ, ਵਿਆਹਾਂ ਦੇ ਫੰਕਸ਼ਨ ਸ਼ੁਰੂ ਹੋਣ ਜਾ ਰਹੇ, ਅਸਲਾ ਲੈ ਕੇ ਪਹੁੰਚਦੇ ਨੇ ਉੱਥੇ ਜਾ ਕੇ ਫਾਇਰ ਹੁੰਦੇ ਨੇ, ਇਸ ਤਰ੍ਹਾਂ ਰੋਕਥਾਮ ਕਿੱਦਾਂ? ਸਖਤੀ ਨਾਲ ਅਸੀਂ ਰੋਕਥਾਮ।